ਮੈਂ ਧੂਤੇ ਨਾ ਧੂਤੇ ਨੇ ਦਲਜੀਤ ਨਾਲ ਕੰਮ ਕਰਿਆ, ਮੈਂ ਧੂਤੇ ਨੂੰ ਮੈਂ ਤੂੰ ਐਂ ਕਰੀ ਧੂਤੇ ਕਹਿੰਦਾ ਕੀ ਮੈਂ ਜਦੋਂ ਤੂੰ ਲਵੇ ਬੈਠਾ ਹੋਏਗਾ ਨਾ ਮੈਂ ਦਲਜੀਤ ਦੇ ਮੈਂ ਕੱਲੀ ਵੀਡੀਓ ਕਾਲ ਲਾ ਲਈ ਮੈਂ ਬਸ ਕੱਲਾ ਉਹਨੂੰ ਦੇਖਣਾ ਦੇਖਣਾ ਮੈਂ ਬੋਲਣਾ ਵੀ ਨੀ ਮੈਂ ਕੁਛ ਐਂ ਵੀ ਨੀ ਕਹਿਣਾ ਵੀ ਤੂੰ ਮੇਰੀ ਗੱਲ ਕਰਾਈ ਤੇ ਧੂਤਾ ਬੋਲਦਾ ਕਹਿੰਦਾ ਹਾਂ ਮੈਂ ਕਹਿੰਦਾ ਉਹਨੂੰ ਐਂ ਕਹੂੰਗਾ ਵੀ ਬਾਈ ਤੇਰਾ ਇੱਕ ਬੰਦਾ ਇੰਨਾ ਫੈਨ ਉਹਦਾ ਚਿਰਾਗ ਲਾਉਂਦਾ ਤੂੰ ਕਹੀ ਨੀ ਚੱਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਫੇਮਸ ਪੰਜਾਬ ਟੀ ਵੀ ਨੂੰ ਵੇਖ ਰਹੇ ਹੋ ਜੀ ਔਰ ਮੈਂ ਹਾਂ ਸੁਹੇਲ ਖਾਨ। ਅਤੇ ਦੋਸਤੋ ਜਿਹੜੀ ਅੱਜ ਦੀ ਸਾਡੀ ਇੰਟਰਵਿਊ ਆ ਉਹ ਬਹੁਤ ਸਪੈਸ਼ਲ ਆ ਜੀ, ਕਿਉਂਕਿ ਰੋਡੇ ਕਾਲਜ ਫਿਲਮ ਆ ਰਹੀ ਆ ਔਰ ਖਾਸ ਗੱਲ ਇਹ ਹੈ ਕਿ ਸਾਡੇ ਆਪਣੇ ਦੋਸਤ ਸਾਨੂੰ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲਣਗੇ, ਕਿਉਂਕਿ ਯਾਰ ਚੱਲੇ ਬਾਹਰ ਸਾਰਿਆਂ ਨੇ ਵੇਖੀ ਆ ਔਰ ਸੋ ਉਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਇਕੱਠੇ ਮਿਲਦੇ ਰਹੇ ਹਾਂ। ਸੋ ਜਿਹੜੀ ਸਾਡੀ ਦੋਸਤੀ ਆ ਉਹ ਬਹੁਤ ਜ਼ਿਆਦਾ ਗੂੜੀ ਹੋ ਗਈ ਸੀਗੀ। ਸੋ ਅੱਜ ਅਸੀਂ ਇਹਨਾਂ ਲਈ ਬਹੁਤ ਜ਼ਿਆਦਾ ਹੈਪੀ ਹਾਂ। ਸੋ ਮੈਨੂੰ ਲੱਗਦਾ ਕਿ ਮੋਟੀਵੇਟ ਹੋਵਾਂਗੇ ਆਪਾਂ ਸਾਰੇ, ਜਿੰਨੇ ਵੀ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਵੇਖ ਰਹੇ ਨੇ ਉਹ ਸਾਰੇ ਮੋਟੀਵੇਟ ਹੋਣਗੇ ਅਤੇ ਖੁਸ਼ ਵੀ ਹੋਣਗੇ ਇਹਨਾਂ ਨੂੰ ਵੇਖ ਕੇ। ਅਤੇ ਆਪਾਂ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਇਸ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੀ ਹਾਲ? ਥੈਂਕ ਯੂ, ਕਮਾਲ ਕੀਤੀ ਆ ਨਾ ਰੋਡੇ ਕਾਲਜ ਦਾ ਜਿਹੜਾ ਟ੍ਰੇਲਰ ਆ ਉਹ ਆਪਾਂ ਵੇਖਿਆ ਬਹੁਤ ਕਮਾਲ ਆ। ਸੋ ਤੁਸੀਂ ਕਿੰਨੇ ਕੁ ਮਤਲਬ ਹੈਪੀ ਸੀਗੇ ਔਰ ਇਹ ਫਿਲਮ ਜਦੋਂ ਤੁਹਾਨੂੰ ਆਈ ਸੀਗੀ ਕੀ ਮਤਲਬ ਇਮੋਸ਼ਨ ਸੀਗੇ ਕਿਸ ਤਰ੍ਹਾਂ ਦੇ? ਸੋਰੀ ਮਾਨ ਭਾਜੀ, ਨਹੀਂ ਕੋਈ ਗੱਲ ਨਹੀਂ। ਹਾਂਜੀ ਬਈ, ਬਹੁਤ ਵਧੀਆ ਲੱਗਿਆ ਹੈਪੀ ਭਾਜੀ ਨਾਲ ਕੰਮ ਕਰਕੇ, ਅਤੇ ਹੈਪੀ ਤਾਂ ਹੋਣੀ ਆ ਫਿਰ ਆਪਾਂ। ਹਾਂ, ਅਤੇ ਦੂਜੀ ਗੱਲ ਮਤਲਬ ਮੇਰਾ ਕਰੈਕਟਰ ਬਹੁਤ ਸੋਹਣਾ ਲੱਗਿਆ ਮੈਨੂੰ, ਪਿਰਤੇ ਦਾ ਕਰੈਕਟਰ ਜਿਹੜਾ ਇਹਦੇ ਵਿੱਚ ਹੈ ਨਾ, ਮਤਲਬ ਕਿਤੇ ਨਾ ਕਿਤੇ ਹੈ ਯਾਰ ਚੱਲੇ ਵਾਰ ਵਰਗਾ, ਪਰ ਸ਼ੇਡ ਇੱਕ ਬਹੁਤ ਅਲੱਗ ਹੈ ਉਹਦੀ, ਹੈ ਨਾ। ਹਾਂ, ਅਤੇ ਮਤਲਬ ਉਵੇਂ ਬੋਲਵਾਲਾ ਜਿਹਾ ਵਾਲਾ ਕਰੈਕਟਰ ਹੈਗਾ, ਅਤੇ ਬਹੁਤ ਸੋਹਣਾ ਲੱਗਿਆ ਫਿਲਮ 'ਚ ਕੰਮ ਕਰਕੇ। ਬਾਕੀ ਬਹੁਤ ਸੀਨੀਅਰ ਆਰਟਿਸਟ ਸੀਗੇ ਜੋਗਰਾਜ ਭਾਜੀ ਅਤੇ ਮਾਨਵ ਭਾਜੀ, ਹੈ ਨਾ, ਇਹਨਾਂ ਨਾਲ ਕੰਮ ਕਰਨਾ ਤਾਂ ਬੰਦੇ ਦਾ ਵੈਸੇ ਹੀ ਸੁਪਨਾ ਹੁੰਦਾ, ਪੂਰਾ ਦੌਰ ਪੋਸਟਰ ਦੇ ਵਿੱਚ ਦਿਖਦਾ ਆ ਇਹਨਾਂ ਦਾ ਦੌਰ ਮਤਲਬ, ਹੈ ਨਾ। ਹਾਂ, ਸਹੀ ਹੈ ਸਹੀ ਹੈ, ਬਹੁਤ ਘੈਂਟ ਲੱਗਿਆ ਜੀ, ਬਹੁਤ ਕੁਛ ਸਿੱਖਣ ਨੂੰ ਮਿਲਿਆ। ਹਾਂਜੀ, ਸੋ ਮੈਂ ਹੁਣ ਪਹਿਲੀ ਸਟਾਰਟਿੰਗ ਦੇ ਵਿੱਚ ਹੀ ਥੋੜ੍ਹਾ ਸੰਜੀਦਾ ਜਿਹਾ ਕੁਸ਼ਚਨ ਪੁੱਛ ਲੈਂਦਾ ਹਾਂ ਤੁਹਾਨੂੰ। ਜਦੋਂ ਯਾਰ ਚੱਲੇ ਬਾਹਰ ਕੀਤੀ ਸੀ ਤੁਹਾਡੀਆਂ ਨਾ ਰੀਲਾਂ, ਹੁਣ ਤੱਕ ਵਾਇਰਲ ਨੇ ਉਹ, ਹਾਸੀ ਮਜ਼ਾਕ ਵਾਲੀਆਂ, ਹੈ ਨਾ, ਉਹ ਗਾਣੇ ਵਾਲੀਆਂ, ਉਹ ਯਾਦੀ ਵਾਲੀਆਂ। ਸੋ ਜਦੋਂ ਆਪਾਂ ਕੁਛ ਸੀਰੀਅਸ ਕਰਦੇ ਹਾਂ, ਸੋ ਤੁਸੀਂ ਇਹ ਨੋਟਿਸ ਕੀਤਾ ਕਿ ਯਾਰ ਜਿਵੇਂ ਦਾ ਕੰਮ ਕਰਦੇ ਹਾਂ ਥੋੜ੍ਹਾ ਜਿਹਾ ਉਸੇ ਔਰੇ ਦੇ ਵਿੱਚ ਰਹਿਣ ਦਾ ਮਤਲਬ ਜੀ ਕਰਨ ਲੱਗ ਜਾਂਦਾ ਆ, ਮੰਨਦੇ ਹੋ ਤੁਸੀਂ ਇਹ? ਪਤਾ ਕੀ ਗੱਲ ਹੈ ਜੀ, ਰੋ ਰੋ ਤਾਂ ਆਪਾਂ ਸ਼ਾਹੀ ਪਨੀਰ ਵੀ ਨਹੀਂ ਖਾ ਸਕਦੇ ਮਿਲਦਾ, ਬਹੁਤ ਚੰਗਾ, ਹੈ ਨਾ। ਅਤੇ ਕਦੇ ਕਦੇ ਮੂੰਗੀ ਮਾਸਰੀ ਦਾ ਵੀ ਦਿਲ ਜਿਹਾ ਕਰਨ ਲੱਗ ਜਾਂਦਾ ਹੈਗਾ ਜੇ ਗੱਲ ਕਰੀਏ, ਹੈ ਨਾ। ਜੇ ਜੇ ਹੁਣ ਆਪਾਂ ਇੱਕ ਫਨੀ ਕਰੈਕਟਰ ਹੀ ਕਰਾਂਗੇ ਤਾਂ ਉਹ ਕਹਿੰਦੇ ਵੀ ਯਾਰ ਇਹ ਤਾਂ ਫਨੀ ਵਾਲੀ ਆ ਬਸ ਬੰਦਾ, ਹੈ ਨਾ, ਟੈਗ ਜਿਹਾ ਲੱਗ ਜਾਂਦਾ ਜਿੱਦਾਂ ਆਪਣੀ ਹੈ। ਪਰ ਯਾਰ ਚੱਲੇ ਬਾਹਰ ਦੀ ਮੈਨੂੰ ਇਹ ਗੱਲ ਬਹੁਤ ਕਹਿਣ ਲੱਗੀ, ਪਹਿਲੇ ਸੀਜ਼ਨ 'ਚ ਮੈਂ ਫਨੀ ਸੀ, ਸੈਕਿੰਡ ਸੀਜ਼ਨ 'ਚ ਮੈਂ ਉਸ ਤੋਂ ਬਿਲਕੁਲ ਅਲੱਗ ਸੀਗਾ, ਮਤਲਬ ਮੈਨੂੰ ਦੋਏ ਕਰੈਕਟਰ ਕਰਨ ਨੂੰ ਮਿਲੇ ਉੱਥੇ, ਬਹੁਤ ਕੁਛ ਸਿੱਖਣ ਨੂੰ ਮਿਲਿਆ ਉੱਥੇ ਯਾਰ ਚੱਲੇ ਬਾਹਰ ਦੇ ਵਿੱਚ। ਰਾਈਟ, ਸੋ ਮੈਨੂੰ ਲੱਗਾ ਕਿ ਰਾਜਵੀਰ ਵੀ ਬਹੁਤ ਜ਼ਿਆਦਾ ਸਪੈਸ਼ਲ ਸੀਗਾ ਯਾਰ ਚੱਲੇ ਬਾਹਰ, ਕਿਉਂਕਿ ਪਹਿਲੇ ਸੀਜ਼ਨ ਦੇ ਵਿੱਚ ਤਾਂ ਆਪਾਂ ਵੇਖਿਆ ਕਿ ਹਾਂ ਰਾਜਵੀਰ ਹੈਗੀ ਹੈ, ਚੰਗਾ ਕੰਮ ਕਰਦੀ ਆ, ਪਰ ਜਿਹੜਾ ਚੌਥਾ ਐਪੀਸੋਡ ਸੀਗਾ ਉਹਨੇ ਕਮਾਲ ਕੀਤੀ ਸੀ, ਹੈ ਨਾ। ਸੋ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਹੈਪੀ ਭਾਅ ਜੀ ਨੇ ਉਹੀ ਵੇਖਿਆ ਹੋਣਾ ਤਾਂ ਹੀ ਤੁਹਾਨੂੰ ਕਾਸਟ ਕੀਤਾ ਇਸ ਫਿਲਮ ਲਈ, ਰਾਈਟ? ਉਹਨਾਂ ਨੇ ਐਕਚੁਅਲੀ ਸਾਰੀ ਵੈਬ ਸੀਰੀਜ਼ ਹੀ ਦੇਖੀ। ਕੀ ਬਾਤ ਹੈ, ਸਿਰਫ ਉਸ ਕਰਕੇ ਨਹੀਂ ਮੈਨੂੰ ਲੱਗਦਾ, ਉਹ ਕਹਿੰਦੇ ਕਿ ਮੈਨੂੰ ਜਿੱਦਾਂ ਦਾ ਮੈਨੂੰ ਆਰਟਿਸਟ ਚਾਹੀਦਾ ਸੀਗਾ ਨਾ ਵੀ ਸੀ ਤੁਹਾਡੇ 'ਚ ਉਹ ਕੁਆਲਿਟੀ, ਮੈਂ ਤਾਂ ਕਰਕੇ ਤੁਹਾਨੂੰ ਕਾਸਟ ਕੀਤਾ। ਐਕਚੁਅਲੀ ਮੈਂ ਤਾਂ ਉਹਨਾਂ ਨੂੰ ਮੈਸੇਜ ਇਸ ਵਾਸਤੇ ਕੀਤਾ ਸੀ ਕਿ ਮੈਨੂੰ ਲੋਕੇਸ਼ਨ ਦਾ, ਮੈਂ ਆਡੀਸ਼ਨ ਵਾਸਤੇ ਪਹੁੰਚਣਾ। ਸੀਜ਼ਨ 2 ਦੇ ਸ਼ੂਟ 'ਚ ਮੈਂ ਬਿਜ਼ੀ ਸੀ ਅਤੇ ਜਿੰਨੇ ਆਲਮੋਸਟ ਮੇਰੇ ਨੇੜੇ ਤੇੜੇ ਦੇ ਏਰੀਆ ਸੀ ਉਹ ਕਵਰ ਹੋ ਚੁੱਕੇ ਸੀ ਆਡੀਸ਼ਨ, ਮੈਂ ਉੱਥੇ ਵੀ ਆਡੀਸ਼ਨ ਦੇ ਥਰੂ ਹੀ ਜਾਣਾ ਚਾਹੁੰਦੀ ਸੀ। ਪਰ ਸਰ ਕਹਿੰਦੇ ਕਿ ਮੈਂ ਐਵੇਂ ਕਰਕੇ ਤੁਹਾਡਾ ਕੰਮ ਦੇਖਿਆ ਹੋਇਆ, ਕੋਈ ਗੱਲ ਨਹੀਂ, ਆਪਾਂ ਬੈਠਦੇ ਹਾਂ ਗੱਲ ਕਰਦੇ ਹਾਂ ਕਰੈਕਟਰ ਦੇ ਬਾਰੇ 'ਚ, ਤੁਹਾਨੂੰ ਚੰਗਾ ਲੱਗਿਆ ਤੁਸੀਂ ਕਰ ਲਿਓ, ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਰਿਸਪੈਕਟ ਕਿਤੇ ਨਾ ਕਿਤੇ ਬਹੁਤ ਸੀਗੀ, ਅੱਜ ਤੱਕ ਹੈ ਉਹਦਾ। ਪਰ ਉਹਨਾਂ ਨੇ ਮੈਨੂੰ ਮੇਰੇ ਉਹ ਦਿੱਤੇ ਚੋਇਸ ਕਿ ਤੁਸੀਂ ਕਰੈਕਟਰ ਸੁਣੋ ਔਰ ਤੁਹਾਨੂੰ ਕਿਵੇਂ ਦਾ ਲੱਗਦਾ, ਤੁਹਾਨੂੰ ਵਧੀਆ ਲੱਗਦਾ, ਤੁਹਾਡੀ ਚੋਇਸ ਆ, ਤੁਸੀਂ ਸਿਲੈਕਟ ਕਰੋ। ਰਾਈਟ, ਸੋ ਹੁਣ ਵੱਡੇ ਪਰਦੇ 'ਤੇ ਤੁਸੀਂ ਦੋਨੋਂ ਵਿਖੋਗੇ, ਜ਼ਾਹਿਰ ਜੀ ਗੱਲ ਹੈ ਕਿ ਮਿਹਨਤ ਤਾਂ ਵਧਾਉਣੀ ਪੈਣੀ ਆ ਆਪਾਂ ਨੂੰ, ਬਟ ਇੱਕ ਸਕੂਨ ਮਿਲਿਆ ਤੁਹਾਨੂੰ ਵੀ ਹਾਂ ਯਾਰ ਚਲੋ ਪਹੁੰਚ ਗਏ, ਇੱਦਾਂ ਦਾ ਮਤਲਬ ਫੀਲ ਆਇਆ ਤੁਹਾਨੂੰ, ਜਿਹੜੀ ਖੁਸ਼ੀ ਵੀ ਗੱਲ ਵਾਲੀ ਗੱਲ ਦੀ ਆ ਮਤਲਬ, ਹੈ ਨਾ?
ਹਾਲੇ ਮੈਨੂੰ ਲੱਗਦਾ ਉਹ ਵੇਟ ਕਰਨੀ ਪਊਗੀ ਆਪਾਂ ਨੂੰ 7 June ਤੱਕ, ਹੈ ਨਾ, ਕੀ ਕਿੱਦਾਂ ਦਾ ਰਿਸਪੋਂਸ ਆਉਂਦਾ। ਮੈਂ ਬਹੁਤ ਐਕਸਾਈਟਡ ਹਾਂ, ਚਾਹੇ ਮੇਰਾ ਬਹੁਤ ਛੋਟਾ ਕਰੈਕਟਰ ਆ, ਹੈ ਨਾ, ਬੀਇੰਗ ਐਜ਼ ਐਨ ਆਰਟਿਸਟ, ਮਤਲਬ ਕੋਈ ਵੱਡਾ ਛੋਟਾ ਤਾਂ ਕਰੈਕਟਰ ਮੈਂ ਮੰਨ ਨਹੀਂ ਸਕਦੀ, ਪਰ ਇੱਕ ਹੁੰਦਾ ਨਾ ਕਿ ਹਾਂ ਡੋਰੇਸ਼ਨ ਜਿਸ ਹਿਸਾਬ ਨਾਲ, ਜਿਵੇਂ 125-30 ਕਰੈਕਟਰ ਦੇ ਵਿੱਚ ਵੰਡਵਾਂ ਹੀ ਚੀਜ਼ ਆਊਗੀ ਨਾ ਸਭ ਨੂੰ, ਅਤੇ ਪਰ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਐਕਸਾਈਟਮੈਂਟ ਉਸ ਚੀਜ਼ ਦੀ ਹੈ ਕਿ ਮੈਂ ਮੇਰਾ ਕੰਮ ਕਿੱਦਾਂ ਦਾ ਦੇਖ ਰਿਹਾ। ਹਾਂ ਬਾਈ, ਮਤਲਬ ਬਹੁਤ ਐਕਸਾਈਟਡ ਆਏ ਹਾਂ ਅਸੀਂ ਵੀ 7 June ਲੈ ਕੇ, ਹੈ ਨਾ, ਅਤੇ ਹਾਂ ਪਿੰਡ ਵਾਲੇ ਵੀ ਵਧੀਆ, ਮੈਨੂੰ ਤਾਂ ਕਹੀ ਜਾਂਦੇ ਨੇ ਵੀ ਟੈਨਸ਼ਨ ਨਾ ਲੈ, ਤੇਰੀ ਪਹਿਲੀ ਫਿਲਮ ਆਪਾਂ ਚੱਲਾਂਗੇ। ਕਿਆ ਬਾਤ ਹੈ। ਤੇ ਹਾਂ ਉਹ ਤਾਂ ਕਹਿੰਦੇ ਵੀ ਸਾਰੀ ਗਲੀ ਨੂੰ ਕਹਿੰਦੇ ਫਿਲਮ ਦਿਖਾ ਲਿਆ, ਫਿਰ ਮੈਂ ਲਾਇਆ ਸਾਹਿਬ ਜਾਂ 15,000 ਬਣਦਾ ਮੈਂ ਮਹਾਂ ਚੱਲ ਕੋਈ ਨਾ, ਫਿਰ ਹੋਰ ਕੀ ਆ, ਜਿੱਥੇ ਪਹਿਲੀ ਫਿਲਮ ਮੈਂ ਦਿਖਾ ਲਿਆਵਾਂਗਾ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਬਾਈ ਮੈਂ ਮਤਲਬ ਜੋ ਮੈਂ ਓਬਜ਼ਰਵ ਕੀਤਾ ਨਾ, ਤੁਸੀਂ ਦੱਸਿਓ ਕਿ ਸਹੀ ਓਬਜ਼ਰਵ ਕੀਤਾ ਕਿ ਨਹੀਂ ਕੀਤਾ। ਯਾਰ ਚੱਲੇ ਬਾਹਰ ਦੇ ਵਿੱਚ ਤੁਸੀਂ ਆਪੇ ਗੱਲ ਕੀਤੀ ਕਿ ਵੱਖ ਵੱਖ ਕਿਰਦਾਰ ਵੇਖਣ ਨੂੰ ਮਿਲੇ, ਹੈ ਨਾ, ਉਹਦੇ ਵਿੱਚ ਦੱਸਤਾ ਜਿਸੇ ਨੇ ਕਿ ਮੈਂ ਐਕਟਰ ਹਾਂ, ਰਾਈਟ, ਫਿਰ ਉਸ ਤੋਂ ਬਾਅਦ ਫਿਲਮ ਆ ਰਹੀ ਆ, ਉਸ ਤੋਂ ਵਿਚਕਾਰਲੇ ਨਾ ਤੁਸੀਂ ਰੌਣਕਾਂ ਲਾਈ ਰੱਖਦੇ ਹੋ ਯਾਰ ਫੇਸਬੁੱਕ 'ਤੇ, ਬਹੁਤ ਸਵਾਦ ਆਉਂਦਾ ਸੱਚੀ ਮਜ਼ਾਕ ਦੀ ਗੱਲ ਨਹੀਂ ਤੂੰ ਅਤੇ ਬਾਈ ਹੋਰਾਂ ਨਾਲ, ਹੈ ਨਾ। ਮੈਂ ਓਬਜ਼ਰਵ ਇਹ ਕੀਤਾ ਕਿ ਯਾਰ ਤੁਹਾਨੂੰ ਤਾਂ ਫਿਲਮਾਂ ਹੀ ਬਹੁਤ ਔਫਰ ਹੁੰਦੀਆਂ ਹੋਣਗੀਆਂ ਪੂਰੇ ਮਹੀਨੇ ਦੀਆਂ, ਇਹ ਗੱਲ ਸੱਚ ਆ ਕਿ ਨਹੀਂ? ਸੱਚੀ ਸੱਚੀ ਦੱਸਿਓ ਨਾ ਯਾਰ, ਸੱਚ ਤਾਂ ਪਤਾ ਕੀ ਗੱਲ ਹੈ, ਮਤਲਬ ਇੱਕ ਇਮੇਜ ਦਾ ਹੋ ਜਾਂਦਾ ਜਿਵੇਂ ਯਾਰ ਚੱਲੇ ਬਾਹਰ ਤੋਂ ਬਾਅਦ, ਹੈ ਨਾ, ਵੀ ਮਿਲੇ ਫਿਲਮ ਐਂ ਨਹੀਂ ਵੀ ਕਰਦੇ ਨਹੀਂ, ਪਰ ਥੋੜ੍ਹਾ ਜਿਹਾ ਦਿਖੇ ਯਾਰ, ਹੈ ਨਾ, ਕਰੈਕਟਰ ਐਂ ਪਿੱਛੇ ਰਹਿਣ ਦਾ ਜਾਂ ਮੈਨੂੰ ਲੱਗਦਾ ਕੋਈ ਫਾਇਦਾ ਜਿਹਾ ਤਾਂ ਹੈ ਨਹੀਂ, ਹੈ ਨਾ। ਬਾਕੀ ਇੰਨਾ ਕੁ ਹੈਗਾ ਕਿ ਹਾਂ ਵੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਆਪਾਂ ਨੂੰ ਅੱਜ ਤੱਕ ਕਿਰਦਾਰ ਮਿਲਿਆ ਵਧੀਆ ਬਖੂਬੀ ਨਿਭਾਇਆ, ਹੈ ਨਾ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਪਰ ਹਾਂ ਫਿਲਮਾਂ ਔਫਰ ਹੁੰਦੀਆਂ ਨੇ, ਪਰ ਇਹ ਨਹੀਂ ਵੀ ਹਾਂ ਵੀ ਕੁਛ ਜ਼ਿਆਦਾ ਵਧੀਆ ਨਹੀਂ, ਮਤਲਬ ਠੀਕ ਠੀਕ, ਮਤਲਬ ਹਾਂ ਜਿੱਦਾਂ ਹੁਣ ਸਿੰਮੀ ਚਹਿਲ ਨਾਲ ਕਰਕੇ ਦੇਖੀ। ਸੋ ਆਡੀਅੰਸ ਜਿੰਨੀ ਵੀ ਵੇਖ ਰਹੀ ਆ, ਅਗਰ ਜਿਹਨੇ ਜਿਹਨੇ ਦੇਖਿਆ ਜਿਸੇ ਦਾ ਕੰਮ ਜੀਵੇ ਸੋਹਣਿਆ ਜੀ ਦੇ ਵਿੱਚ, ਤਾਂ ਸਾਰੇ ਕਮੈਂਟ ਕਰ ਦਿਓ ਕਿਉਂਕਿ ਮੈਨੂੰ ਬਹੁਤ ਪਸੰਦ ਆਇਆ ਬਾਈ, ਤੁਸੀਂ ਕਮਾਲ ਕੀਤੀ ਆ ਯਾਰ, ਥੋੜ੍ਹੇ ਜਿਹੇ ਸੀਨ ਦੇ ਵਿੱਚ ਤੁਸੀਂ ਦੇਖਿਆ? ਹਾਂਜੀ ਬਿਲਕੁਲ ਦੇਖਿਆ। ਹਾਂ ਕਿਵੇਂ ਲੱਗਿਆ ਤੁਹਾਨੂੰ? ਬਹੁਤ ਵਧੀਆ ਹੈ, ਕਮਾਲ ਐਕਟਰ ਤੇ ਕਮਾਲ ਦਾ ਨਾ, ਮਤਲਬ ਰਹਿਣਾ 21 ਸੀਨ ਸੀਗਾ ਨਾ ਉਸ ਦਿਨ, ਤੇ ਮੇਰੇ ਉਹ ਸੀਨ ਤੋਂ ਬਾਅਦ ਦਾਦੂ ਸਰ ਵੀ ਸਾਰੇ ਕਲੈਪਿੰਗ ਹੋਈ, ਮੈਨੂੰ ਬਹੁਤ ਵਧੀਆ ਲੱਗੀ, ਮਤਲਬ ਇੱਕ ਸੀਨ ਤੇ ਮੈਨੂੰ ਵਧੀਆ ਲੱਗਿਆ, ਹੈ ਨਾ, ਕਲੈਪਿੰਗ ਹੋਈ ਵੀ। ਹਾਂ ਉਹ ਫਿਰ ਮਤਲਬ ਮੈਨੂੰ ਆ ਕੇ ਕਹਿੰਦੇ ਵੀ ਆਪਾਂ ਮਿਲਦੇ ਹਾਂ, ਆਪਾਂ ਕਰਦੇ ਹਾਂ ਕੰਮ। ਥੈਂਕ ਯੂ, ਧੰਨਵਾਦ। ਸੋ ਬਾਈ ਇਹ ਤੁਸੀਂ ਇਹ ਜਿਹੜੀ ਚੀਜ਼ ਆ ਨਾ, ਮੈਂ ਅਕਸਰ ਇਹ ਗੱਲ ਸੁਣੀ ਵੀ ਹੈ, ਮੈਂ ਕਹਿੰਦਾ ਵੀ ਹੁੰਦਾ ਹਾਂ ਔਨ ਕੈਮਰੇ 'ਤੇ ਕਿ ਇੱਕ ਆਰਟਿਸਟ ਲਈ 30 ਸਕਿੰਟ ਦਾ ਸੀਨ ਬਹੁਤ ਆ ਇੱਕ ਫਿਲਮ 'ਚ, ਜੇ ਉਹਦੇ 'ਚ ਪਾਵਰ ਆ ਉਹ ਆਪੇ 30 ਸਕਿੰਟ ਤੋਂ 30 ਮਿੰਟ ਕਰ ਦੂਗਾ ਅਗਲੀ ਫਿਲਮ 'ਚ, ਰਾਈਟ? ਇਹ ਤੁਸੀਂ ਵੀ ਓਬਜ਼ਰਵ ਕੀਤਾ? ਹਾਂਜੀ ਬਿਲਕੁਲ ਸਹੀ ਹੈ, ਜਿਵੇਂ ਹੁਣ ਉਹ ਰੀਲ ਮਤਲਬ ਇੰਨੀ ਚੱਲੀ ਮੇਰੀ, ਉਹਦੇ ਥੱਲੇ ਬਈ ਕਿਹੜੀ ਮੂਵੀ ਹੈ, ਕਿਹੜੀ ਮੂਵੀ ਹੈ, ਕਿਹੜੀ ਮੂਵੀ ਹੈ, ਕਿਹੜੀ ਮੂਵੀ ਹੈ, ਹੈ ਨਾ, ਅਤੇ ਮੈਨੂੰ ਲੱਗਿਆ ਮੈਂ ਜੇ ਥੋੜ੍ਹਾ ਜਿਹਾ ਕਿਤੇ ਹੋਰ ਸੀਨ ਹੁੰਦਾ ਗੱਡ ਦਿੰਦੇ ਗੱਡ। ਰਾਈਟ ਰਾਈਟ, ਹਾਂਜੀ ਹਾਂਜੀ। ਸੋ ਰੋਡੇ ਕਾਲਜ ਦੇ ਵਿੱਚ ਕਿਸ ਤਰ੍ਹਾਂ ਕਿਵੇਂ ਦੀ ਜ਼ਿੰਦਗੀ ਹੈ, ਮੈਂ ਜਾਣਨਾ ਚਾਹੁੰਦਾ ਤੁਹਾਡੇ ਦੋਵਾਂ ਦੀ, ਹੈ ਨਾ। ਜ਼ਿੰਦਗੀ ਮੈਂ ਗੱਲ ਕਰਾਂਗੀ ਕਰੈਕਟਰ ਤੋਂ ਹੀ ਆਪਾਂ ਸ਼ੁਰੂ ਕਰਦੇ ਹਾਂ। ਪਿੰਕੀ ਨਾਮ ਦਾ ਕਰੈਕਟਰ ਆ, ਉਹ ਇੰਟੈਲੀਜੈਂਟ ਕੁੜੀ ਹੈ, ਇੰਟਰੋਵਰਟ ਆ, ਬੜੇ ਐਕਸਪ੍ਰੈਸ਼ਨਸ ਦੇ ਨਾਲ ਖੇਡਦੀ ਆ, ਮਤਲਬ ਜਿੱਦਾਂ ਉਹ ਇੰਟਰੋਵਰਟ ਆ, ਡਾਇਲੋਗ 'ਤੇ ਬਹੁਤ ਵੱਡੇ ਵੱਡੇ ਡਾਇਲੋਗ 'ਤੇ ਉਹ ਯਾਰ ਚੱਲੇ ਬਾਹਰ ਵਾਲੇ ਨਹੀਂ ਬੋਲੂਗੀ ਓਬਵੀਅਸਲੀ, ਹੈ ਨਾ, ਬਟ ਐਕਸਪ੍ਰੈਸ਼ਨਸ ਦੇ ਨਾਲ ਖੇਡਦੀ ਆ, ਔਰ ਪੜਾਕੂ ਆ, ਨੋਟਸ 'ਚ ਹੀ ਲੱਗੀ ਰਹਿੰਦੀ ਆ, ਉਹਨੂੰ ਕੋਈ ਮਤਲਬ ਨਹੀਂ, ਕੋਈ ਕਿਸੇ ਨੂੰ ਕੁੱਟ ਗਿਆ, ਇਹ ਲੜੀ ਜਾਂਦੇ ਆ, ਉਹਦੇ ਫਰੈਂਡ ਸਰਕਲ 'ਚ ਕਿਸੇ ਦੇ ਸੱਟਾਂ ਵੱਜ ਰਹੀਆਂ, ਸਾਨੂੰ ਉਸ ਕਿਸੇ ਨਾਲ ਕੋਈ ਮਤਲਬ ਨਹੀਂ, ਅਸੀਂ ਸਿਰਫ ਪੜ੍ਹਨਾ ਹੈ ਔਰ ਆਪਣਾ ਕਰੀਅਰ ਬਣਾਉਣਾ, ਉਹ ਉੱਦਾਂ ਦਾ ਕਰੈਕਟਰ ਆ। ਸਾਡਾ ਬਿਲਕੁਲ ਉਲਟਾ ਹੈ, ਮਤਲਬ ਪੜ੍ਹਨ ਪੜੋ ਕਣੀ ਦਾ ਧਿਆਨ ਹੀ ਨਹੀਂ ਸਾਡਾ, ਅਤੇ ਮਤਲਬ ਮੈਂ ਬੇਸਿਕਲੀ ਮਤਲਬ ਮੈਂ ਜਿਹੜਾ ਉੱਥੇ ਰੋਡੇ ਪਿੰਡ ਆ, ਮਤਲਬ ਮੈਂ ਉਹਦੇ ਲਾਗੇ ਦੇ ਪਿੰਡ ਦਾ ਦਿਖਾਇਆ ਹੋਇਆ ਹੈਗਾ, ਮਤਲਬ ਹੈਗਾ ਮੈਂ ਠੀਕ ਜੀ ਹਾਂ, ਮਤਲਬ ਪਰ ਬਦਮਾਸ਼ੀ ਕਰਦਾ ਮੈਂ, ਮਤਲਬ ਐਵੇਂ ਨਹੀਂ ਵੀ ਇਕੱਲਾ ਆਪਦੇ ਦਮ 'ਤੇ ਨਹੀਂ ਕਰਦਾ, ਵੀ ਜੇ 4 ਬੰਦੇ ਹੈਗੇ ਨੇ ਹਾਕੀਆਂ ਹੁੱਕੇ ਲਈ ਖੜੇ ਨੇ, ਮੈਂ ਤਾਂ ਫੁਕਰੀ ਜੀ ਮਾਰ ਦਾਂਗਾ, ਅਤੇ ਬੋਲ ਵਾਲਾ ਜਾਂ ਮਤਲਬ ਆਈਆਂ ਮੇਰਾ, ਮਤਲਬ ਉਹਨੂੰ ਐਂ ਨਹੀਂ ਪਤਾ ਵੀ ਕਿਹੜੀ ਸਿਚੁਏਸ਼ਨ 'ਤੇ ਕਿਹੜੀ ਗੱਲ ਕਰਨੀ ਆ, ਉਹ ਬਸ ਜਿਹੜਾ ਮੂੰਹ 'ਚ ਆਉਂਦਾ ਉਹ ਕੱਢ ਕੇ ਮਾਰਦਾ ਬਸ। ਰਾਈਟ, ਹਾਂ, ਜਿਵੇਂ ਸੰਬੰਧ ਆ ਸੀ ਕਰੈਕਟਰ, ਬਟ ਉਹ ਇੱਕ ਇੰਸਟੀਟਿਊਟ ਦੇ ਵਿੱਚ ਸੀਗਾ,
ਤੇ ਇਹ ਕਾਲਜ ਲਾਈਫ ਦੇ ਵਿੱਚ ਫਰਕ ਸਿਰਫ ਇੰਨਾ ਗਾ ਤੇ ਉਹ ਅੱਜ ਦੇ ਟਾਈਮ ਦਾ ਸੀਗਾ ਤੇ ਇਹ ਥੋੜਾ ਜਿਹਾ ਪਿੱਛੇ ਚੱਲ ਜਾਂਦੇ ਆਪਾਂ ਰਾਈਟ ਬਾਈ ਇੱਕ ਨਾ ਸੌਰੀ ਤੁਹਾਡੀ ਗੱਲ ਕੰਪਲੀਟ ਕਰ ਦੋ ਹੋ ਗਈ ਨਹੀਂ ਨਹੀਂ ਹੋਈ ਹੋਈ ਬਾਈ ਸੋ ਇੱਕ ਰਾਜਵੀਰ ਬਾਰੇ ਮੈਂ ਗੱਲ ਆਬਜ਼ਰਵ ਕੀਤੀ ਆ ਤੁਸੀਂ ਦੱਸਿਓ ਤੁਸੀਂ ਖਾਸ ਦੋਸਤ ਹੋ ਰਾਜਵੀਰ ਦੇ ਹੈਨਾ ਬਹੁਤ ਸਾਰੇ ਕਿਰਦਾਰ ਸੀਗੇ ਫਿਲਮ ਦੇ ਵਿੱਚ ਸੌਰੀ ਵੈਬ ਸੀਰੀਜ਼ ਦੇ ਵਿੱਚ ਹੈ ਨਾ ਬਟ ਰਾਜਵੀਰ ਅੱਗੇ ਆਈ ਆ ਹੁਣ ਫਿਲਮ ਕਰ ਰਹੀ ਆ ਹੈ ਨਾ ਰਾਜਵੀਰ ਦੇ ਵਿੱਚ ਮੈਂ ਪਹਿਲੇ ਦਿਨ ਤੋਂ ਦੇਖਿਆ ਹੈ ਕਿ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਆਪਣੇ ਆਪ ਨੂੰ ਅੱਗੇ ਪੇਸ਼ ਕਰਨ ਦਾ ਸ਼ੌਂਕ ਵੀ ਕਹਿ ਲਈਏ ਜਨੂੰਨ ਆ ਜਦੋਂ ਮੈਂ ਪਹਿਲੇ ਦਿਨ ਇੰਟਰਵਿਊ ਕਰਨ ਆਇਆ ਸੀ ਰਾਜਵੀਰ ਨੇ ਖੁਦ ਨੂੰ ਪੇਸ਼ ਕੀਤਾ ਸੀ ਵੀ ਯਾਰ ਮਾਈਕ 'ਤੇ ਮੈਂ ਬੋਲਣਾ ਹੈ ਨਾ ਸੋ ਇਹ ਜਿਹੜਾ ਜਨੂੰਨ ਆ ਰਾਜਵੀਰ ਦਾ ਅੱਜ ਇੱਥੇ ਬਿਠਾਇਆ ਉਹਨੂੰ ਜਾਂ ਹੁਣ ਵੱਡੇ ਮਤਲਬ ਵੱਡੇ ਪਰਦੇ 'ਤੇ ਵੀ ਆਪਾਂ ਵੇਖਾਂਗੇ ਕੱਲ੍ਹ ਦੇਖ ਲਾਂਗੇ ਆਪਾਂ ਤਾਂ ਇਨਸ਼ਾਅੱਲਾ ਹੈ ਨਾ ਤੁਸੀਂ ਇਹ ਓਬਜ਼ਰਵ ਕੀਤਾ ਰਾਜਵੀਰ ਦੇ ਵਿੱਚ ਨਾ ਬਿਲਕੁਲ ਸਹੀ ਗੱਲ ਹੈ ਬਾਈ ਨੋ ਡਾਊਟ ਐਕਟਰ ਬਹੁਤ ਕਮਾਲ ਦੇ ਆ ਇਹ ਕਿਉਂਕਿ ਪੰਜਾਬੀ ਯੂਨੀਵਰਸਿਟੀ 'ਚ ਤਾਂ ਬਾਕੀ ਸਾਰੇ ਐਕਟਰ ਕਮਾਲ ਦੇ ਨੇ ਜਿਹੜੇ ਥੀਏਟਰ ਕਰਿਆ ਹੋਏ ਜਿਨ੍ਹਾਂ ਨੇ ਹੈ ਨਾ ਅਤੇ ਹਾਂ ਇੱਕ ਗੱਲ ਹੋਰ ਵੀ ਆ ਇਹ ਇਹਨੂੰ ਕੋਈ ਛੋਟੀ ਜਿਹੀ ਚੀਜ਼ ਮਿਲਦੀ ਹੈ ਨਾ ਤਾਂ ਉਹਦੇ ਵਿੱਚ ਆਪਦਾ ਇੰਨਾ 100% ਦੇ ਜਾਂਦੀ ਹੈ ਉਹਨੂੰ ਵੱਡਾ ਕਰ ਜਾਂਦੀ ਹੈ ਬੇਸ਼ੱਕ ਹਾਂ ਬਿਲਕੁਲ ਸਹੀ ਗੱਲ ਆ ਯਾਰ ਇਹ ਬਾਈ ਮੈਂ ਚੀਜ਼ ਓਬਜ਼ਰਵ ਕੀਤੀ ਹੈਗੀ ਚਲੋ ਉਹ ਤਾਂ ਹੁਣ ਕੈਮਰੇ ਕਿਤੇ ਕਹਿਣਾ ਪੈਂਦਾ ਰਾਜਵੀਰ ਜੀ ਕਿੱਥੋਂ ਆਈਆਂ ਇਹ ਚੀਜ਼ਾਂ ਮੈਂ ਜਾਣਨਾ ਚਾਹੁੰਦਾ ਇਹ ਜਨੂੰਨ ਕਿੱਥੋਂ ਆਇਆ ਤੁਹਾਨੂੰ ਕੰਮ ਨੂੰ ਲੈ ਕੇ ਹੈ ਨਾ ਮੈਨੂੰ ਜਿਵੇਂ ਇਸ ਪ੍ਰੋਫੈਸ਼ਨ 'ਚ ਨਾ ਹੁੰਦੀ ਕਿਸੇ ਹੋਰ ਪ੍ਰੋਫੈਸ਼ਨ 'ਚ ਵੀ ਹੁੰਦੀ ਨਾ ਮੈਂ ਉੱਥੇ ਵੀ ਆਪਣਾ 101% ਹੀ ਦਿੰਦੀ 100 ਵੀ ਨਹੀਂ ਮੈਂ 101 ਹੀ ਦੇਣਾ ਸੀ ਜਿਵੇਂ ਮੇਰੀ ਫੈਮਿਲੀ ਨੂੰ ਸੀ ਕਿ ਮੈਂ ਟੀਚਰ ਬਣ ਜਿਹੜੇ ਵੈਬ ਸੀਰੀਜ਼ 'ਚ ਦਿਖਾਇਆ ਕਿਤੇ ਨਾ ਕਿਤੇ ਤਾਂ ਹੀ ਸਿਮਿਲੈਰਿਟੀਜ਼ ਬਹੁਤ ਜ਼ਿਆਦਾ ਸੀ ਉਸ ਮੇਰੇ ਕਰੈਕਟਰ ਦੇ ਵਿੱਚ ਹੈ ਨਾ ਉਹਨਾਂ ਨੂੰ ਸੀ ਕਿ ਮੈਂ ਟੀਚਿੰਗ ਲਾਈਨ 'ਚ ਜਾਵਾਂ ਜਿੱਦਾਂ ਪਿੰਡਾਂ ਵਾਲੇ ਪੇਰੈਂਟਸ ਹੁੰਦਾ ਕਿ ਸੇਫ ਲਾਈਨ ਆ ਕੁੜੀਆਂ ਵਾਸਤੇ ਹੈ ਨਾ ਮੈਂ ਉੱਥੇ ਵੀ ਉਵੇਂ ਹੀ ਦੇਣਾ ਸੀ ਤਾਂ ਹੀ ਉਹਨਾਂ ਨੇ ਕਿਹਾ ਕਿ ਉਵੇਂ ਪੜ੍ਹ ਮੈਂ ਪਹਿਲਾਂ ਉਹਨਾਂ ਦੇ ਹਿਸਾਬ ਨਾਲ ਪੜ੍ਹੀ ਵੀ ਵਧੀਆ ਉਦੋਂ ਵੀ ਮੈਂ ਇੰਟੈਲੀਜੈਂਟ ਸੀਗੀ ਕਾਲਜ ਸਕੂਲ ਲਾਈਫ ਦੇ ਵਿੱਚ ਵੀ ਹੈ ਨਾ ਅਤੇ ਜਦੋਂ ਮੈਂ ਆਪਣੀ ਫੀਲਡ 'ਚ ਆਈ ਮੈਨੂੰ ਆਇਆ ਸੀ ਕਿ ਨਹੀਂ ਮੇਰੇ ਮੈਂ ਟੀਚਰ ਤਾਂ ਨਹੀਂ ਬਣ ਪਾਵਾਂਗੀ ਕਿ ਠੀਕ ਆ ਹੁਣ ਆਪਾਂ ਪਲੈਨ ਬੀ ਨੂੰ ਸਕਸੈਸ ਕਰਦੇ ਹਾਂ ਫਿਰ ਮੈਂ ਯੂਨੀਵਰਸਿਟੀ ਗਈ ਮੈਨੂੰ ਇੱਕ ਸਾਲ ਦਾ ਕੋਰਸ ਮਿਲਿਆ ਟੀਵੀ ਫਿਲਮ ਪ੍ਰੋਡਕਸ਼ਨ ਵਿੱਚ ਡਿਪਲੋਮਾ ਹੈ ਨਾ ਮੈਂ ਉਹ ਕੀਤਾ ਫਿਰ ਮੈਂ ਡਾਕਟਰ ਲੱਖਾ ਲਹਿਰੀ ਸਰ ਦੇ ਨਾਲ ਥੀਏਟਰ ਸ਼ੁਰੂ ਕੀਤਾ ਬਹੁਤ ਕੁਛ ਮੈਨੂੰ ਸਰ ਤੋਂ ਸਿੱਖਣ ਨੂੰ ਮਿਲਿਆ ਹੈ ਨਾ ਫਿਰ ਮੈਨੂੰ ਇਹ ਸੀਗਾ ਕਿ ਜੇ ਹੁਣ ਮੈਂ ਪੈ ਗਈ ਹਾਂ ਨਾ ਇਸ ਚੀਜ਼ ਦੇ ਵਿੱਚ ਬਸ ਜੀ ਜਾਨ ਲਾ ਦਿਉ ਫਿਰ ਮੈਂ ਦਿਨ ਨਹੀਂ ਦੇਖਿਆ ਮੈਂ ਰਾਤ ਨਹੀਂ ਦੇਖਿਆ ਮੇਰੇ ਹੋਸਟਲ ਤੋਂ ਲੈ ਕੇ ਕਲਾ ਭਵਨ ਤੱਕ ਦਾ ਅੱਧਾ ਘੰਟੇ ਦਾ ਰਸਤਾ ਤੁਰ ਕੇ ਮੈਂ ਤੈਅ ਕਰਦੀ ਹੁੰਦੀ ਸੀ ਕੋਈ ਮੇਰੇ ਕੋਲ ਸਕੂਟੀ ਨਹੀਂ ਸੀ ਕੋਈ ਸਾਈਕਲ ਨਹੀਂ ਸੀ ਕੋਈ ਗੱਡੀ ਦਾ ਹੈ ਨਹੀਂ ਸੀ ਉਹ ਅੰਦਰ ਹੋ ਜੂਗਾ ਜਲਦੀ ਹੋ ਜੂਗਾ ਇਨਸ਼ਾਅੱਲਾ ਥੈਂਕ ਯੂ ਸੋ ਮਚ ਅਤੇ ਮੈਂ ਉਹ ਧੁੰਦਾਂ ਦੇ ਵਿੱਚ ਠੰਡ ਦੇ ਵਿੱਚ ਯੂਥ ਫੈਸਟੀਵਲਸ ਲੜਨੇ ਹੈ ਨਾ ਕੰਪੀਟੀਸ਼ਨ ਦੇ ਵਿੱਚ ਮੈਨੂੰ ਹੁੰਦਾ ਸੀ ਕਿ ਮੇਰੀ ਟੀਮ ਆ ਨਾ ਜਿਹੜੀ ਉਹੀ ਫਸਟ ਆ ਹੁੰਦਾ ਸੀ ਮੈਨੂੰ ਕਿਤੇ ਨਾ ਕਿਤੇ ਅਤੇ ਉਹੀ ਚੀਜ਼ ਕੈਮਰੇ ਦੇ ਆ ਵੀ ਜੋ ਮੈਨੂੰ ਮਿਲ ਗਿਆ ਚਾਹੇ ਛੋਟਾ ਚਾਹੇ ਵੱਡਾ ਜਿਵੇਂ ਮੈਂ ਕਿਹਾ ਮੇਰਾ ਇਸ ਕਰੈਕਟਰ ਇਸ ਫਿਲਮ 'ਚ ਛੋਟਾ ਕਰੈਕਟਰ ਆ ਹੈ ਨਾ ਪਰ ਬਟ ਪ੍ਰਾਇਮਰੀ ਕਾਸਟ ਦੇ ਵਿੱਚ ਪਰ ਮੈਨੂੰ ਅਸੀਂ ਜਿੰਨਾ ਮੈਨੂੰ ਮਿਲਿਆ ਗਿਆ ਨਾ ਮੈਂ ਉਹਦਾ ਆਪਣਾ 101% ਦੇਵਾਂ ਤਾਂ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਬਹੁਤ ਈਜ਼ੀ ਆ ਸੋ ਬਾਈ ਇੱਕ ਨਾ ਮੈਂ ਜਾਣਨਾ ਚਾਹੁੰਦਾ ਗੱਲ ਵੀ ਜਿਵੇਂ ਹੁਣ ਤੁਸੀਂ ਸਾਰਿਆਂ ਨੇ ਬਹੁਤ ਤਰੱਕੀ ਕੀਤੀ ਹੈ ਯਾਰ ਚੱਲੇ ਬਾਹਰ ਵਾਲਿਆਂ ਨੇ ਹੈ ਨਾ ਸਾਰੇ ਦੋਸਤਾਂ ਨਾਲ ਦੁਬਾਰੇ ਮਿਲਣ ਦਾ ਮੌਕਾ ਮਿਲਦਾ ਸਾਰੇ ਇਕੱਠੇ ਮੈਨੂੰ ਲੱਗਦਾ ਕਿ ਹੁਣ ਪਿੱਛੇ ਬਿੰਨੇ ਦਾ ਵਿਆਹ ਹੋਇਆ ਸੀ ਸ਼ਾਇਦ ਹੈ ਨਾ ਉੱਥੇ ਇਕੱਠੇ ਉਸ ਤੋਂ ਬਾਅਦ ਮਤਲਬ ਇੱਦਾਂ ਹੁੰਦੇ ਰਹਿੰਦੇ ਹੋ ਇਕੱਠੇ ਨਾਲ ਹੀ ਮੈਂ ਇੱਕ ਦੋਸਤੀ ਵਾਲੀ ਗੱਲ ਚੱਲੀ ਆ ਨਾਲ ਐਡ ਕਰ ਦਿੰਦਾ ਹੈ ਨਾ ਤੂੰ ਤਾਂ ਬਾਈ ਬਹੁਤ ਮਿਹਨਤ ਕਰਦਾ ਯਾਰ ਉਹ ਬਹੁਤ ਕਮਾਲ ਐਕਟਰ ਆ ਹੁਣ ਉਹ ਦੋ ਫਿਲਮਾਂ ਦੇ ਵਿੱਚ ਆ ਰਿਹਾ ਅਗਰ ਮੈਂ ਗਲਤ ਨਹੀਂ ਹੈਗਾ ਤਾਂ ਨਿੱਕਾ ਜਲਦਾਰ 4 ਜਾਂ ਅਤੇ ਜੱਟ ਐਂਜੁਲਟ 3 ਹੈ ਨਾ ਤਾਂ ਉਹ ਖੁਸ਼ੀ ਕਿਵੇਂ ਦੀ ਆ ਉਹਨਾਂ ਦੀ ਤੁਸੀਂ ਖਾਸ ਦੋਸਤੋਂ ਉਹ ਸ਼ੇਅਰ ਕਰਦੇ ਹੋਣੇ ਤੁਹਾਡੇ ਨਾਲ ਫੀਲਿੰਗ ਆਪਣੀ ਉੱਤੇ ਦਾ ਤਾਂ ਐਂ ਯਾਰ ਬਾਈ ਕੰਮ ਉੱਤੇ ਤਾਂ ਮੇਰਾ ਸ਼ੁਰੂ ਤੋਂ ਲੈ ਕੇ ਸੀ ਉਹਦੇ ਵਿੱਚ ਕਾਲਜ ਤੋਂ ਲੈ ਕੇ ਹੁਣ ਤੱਕ ਮੈਂ ਥੀਏਟਰ 'ਚ ਲੱਗ ਗਿਆ ਮੈਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਮਤਲਬ ਅਸੀਂ ਸਾਨੂੰ ਐਂ ਨਹੀਂ ਪਤਾ ਸੀ ਅਸੀਂ ਭੁੱਲ ਜਾਂਦੇ ਸੀ ਆਸੇ ਪਾਸੇ ਵੀ ਕੀ ਹੈ ਸਾਡਾ ਨਾ ਕਾਲਜ ਤੋਂ ਬੱਸ ਸਟੈਂਡ ਤੱਕ ਅਸੀਂ ਕਦੇ ਬੁੜੀਆਂ ਬਣ ਜਾਣਾ ਕਦੇ ਹਾਂ ਨਹੀਂ ਸੁੰਦਰ ਜੋ ਕੁਛ ਵੀ ਹੈ ਨਾ ਕਰਕੇ ਕਦੇ ਕੁਛ ਬਣ ਜਾਣਾ ਭੁੱਲ ਜਾਂਦੇ ਸੀ ਅਸੀਂ ਤਾਂ ਮਤਲਬ ਕਾਂਬਲੇ ਹੋ ਜਾਂਦੇ ਸੀ ਤੁਸੀਂ ਮੈਂ ਲੱਗਿਆ ਥੀਏਟਰ 'ਚ ਉਹ ਕਹਿੰਦਾ ਯਾਰ ਮੇਰਾ ਤਾਂ ਜੀ ਨਹੀਂ ਲੱਗਦਾ ਯਾਰ ਤੂੰ ਉਹਦਾ ਉੱਧਰ ਫਿਰੀ ਜਾਂਦਾ ਯਾਰ ਮੈਂ ਤੂੰ ਵੀ ਆ ਜਾ ਯਾਰ ਅਤੇ ਚੱਲ ਉਹ ਥੀਏਟਰ 'ਚ ਆ ਗਿਆ ਆਪਣੇ ਨਾਲ ਇਸ ਤੋਂ ਬਾਅਦ ਚੱਲ ਹੈ ਨਾ ਮੈਂ ਇੱਕ ਚੈਨਲ 'ਤੇ ਕੰਮ ਕਰਦਾ ਹੁੰਦਾ ਸੀਗਾ ਚੈਨਲ 'ਤੇ ਕੰਮ ਕਰਦਾ ਹੁੰਦਾ ਸੀ
ਅਤੇ ਮੇਰਾ ਯਾਰ ਚਲੇ ਬਾਹਰ 'ਚ ਆਉਣਾ ਹੋਇਆ ਅਤੇ ਉਹ ਚੈਨਲ 'ਤੇ ਉਹ ਕਹਿੰਦਾ ਯਾਰ ਵੀ ਤੂੰ ਉੱਧਰ ਜਾ ਰਿਹਾ ਵੀ ਕੋਮੇਡੀ ਆਰਟਿਸਟ ਨਹੀਂ ਹੈ ਕੋਈ, ਅਤੇ ਮੈਂ ਹਾਂ ਧੋਤੇ ਨੂੰ ਚੱਕ ਮਾਰਾ ਤੂੰ। ਕੁਦਰਤੀ ਸਾਡਾ ਐਵੇਂ ਦਾ ਲੱਕ ਰਿਹਾ, ਇੱਧਰ ਯਾਰ ਚਲੇ ਬਾਹਰ ਹਿੱਟ ਹੋ ਗਈ, ਉੱਧਰ ਉਹਦਾ ਧੋਤੇ ਦਾ ਕਰੈਕਟਰ ਹਿੱਟ ਹੋ ਗਿਆ, ਅਤੇ ਹੁਣ ਬਹੁਤ ਵਧੀਆ ਲੱਗਦਾ ਯਾਰ ਬਾਈ ਉਹਨੂੰ ਵਧੀਆ ਜਾਣਦੇ ਨੇ ਯਾਰ, ਹੈ ਨਾ, 4 ਵਜੇ ਨੂੰ ਕੰਮ ਹੋ ਜਾਵੇ, 4 ਵਜੇ ਨੂੰ ਕੰਮ ਹੋ ਜਾਵੇ, ਹਾਂ ਉਹ ਸਿਸਟਮ ਵਧੀਆ ਉਹਦਾ, ਵਧੀਆ ਯਾਰ ਕੰਮ। ਅਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੇ ਅਸੀਂ ਇਕੱਠੇ ਹਾਂ, ਸਾਡਾ ਪਿਆਰ ਵੀ ਉਨੀ ਆ ਬਾਈ, ਅਤੇ ਵਧੀਆ ਲੱਗਦਾ ਜਦੋਂ ਹੈ ਨਾ ਨਵੀਆਂ ਨਵੀਆਂ ਫਿਲਮਾਂ ਦਾ ਉਹਨੂੰ ਆਫਰ ਆਉਂਦਾ ਯਾਰ, ਖੁਸ਼ੀ ਦੀ ਹੁੰਦੀ ਆ ਯਾਰ। ਜੀਤ ਬਾਈ ਨਾਲ, ਐਮੀ ਬਾਈ ਨਾਲ, ਛੋਟੀ ਗੱਲ ਨਹੀਂ ਹੈ ਨਾ। ਸਹੀ ਆ, ਸਹੀ ਆ, ਸਹੀ ਆ, ਸਹੀ ਰਾਈਟ। ਅਤੇ ਆਪਣੇ ਯਾਰ ਚੱਲੇ ਬਾਹਰ ਵਾਲੇ ਦੋਸਤ ਮਿੱਤਰ, ਰਾਤ ਹੀ ਮਿਲ ਕੇ ਹਟਿਆ ਸਾਨੂੰ ਗੈਵੀ ਡਸਕਾ। ਅਤੇ ਵੈਸੇ ਤਾਂ ਸਾਡੇ ਯਾਰ ਚੱਲੇ ਬਾਹਰ ਵਾਲੇ ਸਾਰੇ ਤਾਂ ਅਸੀਂ ਵਿਆਹਾਂ 'ਚ ਇਕੱਠੇ ਹੁੰਦੇ ਹਾਂਗੇ, ਰੈਬੀ ਭਾਜੀ ਦਾ ਵਿਆਹ ਸੀਗਾ ਅਤੇ ਹੁਣ ਬਿਨੇ ਦਾ ਵਿਆਹ ਸੀਗਾ ਪਿੱਛੇ ਜੇ, ਹੈ ਨਾ। ਅਤੇ ਵੈਸੇ ਕਦੇ ਕਦੇ ਫੋਨ 'ਤੇ ਗੱਲ ਜ਼ਰੂਰ ਹੋ ਜਾਂਦੀ ਆ, ਪਰ ਇਹ ਨਹੀਂ ਕਿ ਆਪਾਂ ਸਪੈਸ਼ਲੀ ਇਕੱਠੇ 'ਚ ਨਹੀਂ ਕਦੇ ਹੋਏ ਹੈਗੇ ਜੀ। ਐਂ ਯਾਦ ਹੀ ਮਿਲਿਆ ਸੀਗਾ ਮਤਲਬ ਰਾਤ ਨੂੰ ਸਾਨੂੰ, ਕਿਉਂਕਿ ਅਸੀਂ ਮਤਲਬ 88 'ਚ ਸੀਗੇ ਅਤੇ ਉਹ ਵੀ ਉੱਥੇ ਹੀ ਰਹਿੰਦਾ ਹੈਗਾ, ਅਤੇ ਫੋਨ ਕਰ ਲਿਆ ਸੀਗਾ, ਦੁੱਧ ਦੱਧ ਪੀ ਕੇ ਗਿਆ ਫਿਰ ਉੱਥੇ ਆਪਣੇ ਫਲੈਟ 'ਚ ਗੱਲਾਂ ਬਾਤਾਂ ਕਰੀਆਂ ਸੀ। ਰਾਜ ਬਾਈ ਤਾਂ ਕੈਨੇਡਾ ਨੇ, ਹਾਂ ਰਾਜ ਬਾਈ ਕੈਨੇਡਾ ਨੇ ਯਾਰ ਬਾਈ, ਹਾਂ ਰਾਜ ਬਾਈ ਤੋਂ ਮੈਨੂੰ ਐਂ ਲੱਗਦਾ ਵੀ ਬਹੁਤ ਕੁਛ ਸਿੱਖਣ ਨੂੰ ਮਿਲਿਆ ਬਾਈ ਮੈਨੂੰ ਰਾਜ ਬਾਈ ਨੂੰ ਨਾ, ਮਤਲਬ ਹੈ ਨਾ ਉਹਨਾਂ ਦੀ ਪਿੱਠ ਸੁਣਦੀ ਹੈ, ਮੈਂ ਤਾਂ ਕੈਮਰਾ ਵੀ ਸੁਣਦਾ ਚੱਲ, ਅਤੇ ਉਹਨਾਂ ਨੂੰ ਮਿਲ ਕੇ ਇੰਨੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਜਿਹੜੀਆਂ ਕਦੇ ਸੋਚ ਵੀ ਨਹੀਂ ਸਕਦਾ ਸੀ ਯਾਰ ਵੀ ਇਹ ਵੀ ਕੁਛ ਹੁੰਦਾ ਗਾ। ਉਹਨਾਂ ਨੇ ਜਮ੍ਹਾਂ ਕਲੀਅਰ ਕਰਤੀ, ਇੱਕ ਟਰੈਕ ਜੇ ਤਾਂ ਚਲਾਤਾ ਸੀ ਆਪਾਂ ਨੂੰ, ਜਿੱਦਾਂ ਲਾਸਟ ਡੇ ਸੀਗਾ ਰੋਡੇ ਕਾਲਜ ਦਾ, ਮੈਂ ਜੱਫੀ ਬਾਈ ਬਾਈ ਨੂੰ ਮੈਂ ਹਾਂ ਯਾਰ ਬਾਈ ਉਮੀਦ ਕਰਦਾ ਮੈਂ ਆਪਾਂ ਦੁਬਾਰਾ ਜਲਦੀ ਮਿਲੀਏ ਅਤੇ ਉਨਾ ਹੀ ਟਾਈਮ ਸਪੈਂਡ ਕਰੀਏ ਯਾਰ। ਤੁਹਾਡੀ ਦੋਸਤੀ ਮਤਲਬ ਕਿੰਨਾ ਕੁ ਮਿਲਦੇ ਹੋ, ਹੈ ਨਾ, ਮੈਂ ਜਾਣਨਾ ਚਾਹੁੰਦਾ ਹਾਂ ਯਾਰ ਚੱਲੇ ਬਾਹਰ ਵਾਲੇ ਪਾਸੇ ਨਾਲ। ਮੈਂ ਮਤਲਬ ਤਾਂ ਮੈਂ ਇਹਦੇ ਤੋਂ ਬਾਅਦ ਜੋਤ ਦੇ ਬਹੁਤ ਨੇੜੇ ਹਾਂ ਮੈਂ ਅਤੇ ਜੋਤ, ਆਪਾਂ ਜਦ ਮੈਂ ਜਦੋਂ ਵੀ ਮੋਹਾਲੀ ਆਵਾਂ ਤਾਂ ਉਹਨੂੰ ਹੁੰਦਾ ਕਿ ਆਪਾਂ ਇਕੱਠੇ ਆਪਾਂ ਹੀ ਇਕੱਠੇ ਰੁਕਣਾ, ਹੈ ਨਾ ਜੀ। ਅਤੇ ਜਿਵੇਂ ਉਹਦੇ ਮੈਨੂੰ ਸਪੋਰਟ ਕੀਤੀ ਉਹਨੇ, ਮੇਰਾ ਟ੍ਰੇਲਰ ਲਾਂਚ 'ਤੇ ਆਈ, ਹੈ ਨਾ ਉਹ ਨਾਲ, ਅਤੇ ਬਾਕੀ ਵੀ ਸਾਰੇ ਨੋ ਡਾਊਟ ਹੈਗੇ ਨੇੜੇ, ਆਪਾਂ ਜਦੋਂ ਵੀ ਜੋ ਵੀ ਕੋਈ ਫ੍ਰੀ ਹੁੰਦਾ ਆਪਾਂ ਮਿਲਦੇ ਹਾਂ, ਅਤੇ ਸਾਡੇ ਕਿਸੇ 'ਚ ਵੀ ਨਾ ਇਹ ਚੀਜ਼ ਨਹੀਂ ਹੈਗੀ ਕਿ ਯਾਰ ਉਹ ਕੰਮ ਕਰ ਰਿਹਾ ਹੈਗਾ ਆਪਾਂ ਕੀ ਲੈਣਾ ਮਿਲ ਕੇ ਯਾਰ, ਆਪਾਂ ਐਂ ਨਹੀਂ, ਕਿਸੇ 'ਚ ਵੀ ਨਹੀਂ ਹੈਗੀ, ਸਾਰੇ ਸਪੋਰਟ ਕਰਦੇ। ਈਵਨ ਤੁਸੀਂ ਦੇਖੋ ਕਿ ਸਭ ਨੇ ਮਤਲਬ ਹੁਣ ਸਾਨੂੰ ਦੋਨਾਂ ਨੂੰ ਪੂਰੀ ਸਪੋਰਟ ਕੀਤੀ, ਇਹ ਨਹੀਂ ਕਿ ਸਿਰਫ ਅਸੀਂ ਇਕੱਲੇ ਲੱਗੇ ਹੋਏ, ਉਹਨਾਂ ਨੇ ਵੀ ਪ੍ਰੋਪਰ ਸਾਨੂੰ ਉਵੇਂ ਹੀ ਸਪੋਰਟ ਕੀਤੀ। ਔਰ ਮੈਂ ਕਹੂੰਗੀ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਐਵੇਂ ਦੀ ਟੀਮ ਮਿਲੀ ਔਰ ਜਿਹੜੇ ਫੈਮਿਲੀ ਔਰ ਫਰੈਂਡ ਸਰਕਲ ਦੇ ਵਿੱਚ ਤਬਦੀਲ ਹੋ ਗਈ। ਰਾਈਟ ਸੋ ਰਾਜੂ, ਤੁਸੀਂ ਇੱਕ ਚੀਜ਼ ਓਬਜ਼ਰਵ ਕੀਤੀ ਹੋਣੀ ਹੈ ਕਿ ਬਾਈ ਬਹੁਤ ਜ਼ਿਆਦਾ ਓਨਸਟ ਆ ਨਾ। ਇੱਕ ਵਾਰੀ ਮੈਂ ਪ੍ਰੀਮੀਅਰ 'ਤੇ ਇਹਨਾਂ ਨੂੰ ਪੁੱਛਿਆ, ਮਾਲਾ ਲਾਰਲਾ ਫਿਲਮ ਦਾ ਸੀਗਾ ਪ੍ਰੀਮੀਅਰ, ਹੈ ਨਾ, ਮੈਂ ਕਿਹਾ ਬਾਈ ਪੱਗ ਤੁਸੀਂ ਬਹੁਤ ਘੈਂਟ ਬੰਨਦੇ ਹੋ ਨਾ, ਕਹਿੰਦੇ ਜੱਸੜ ਬਾਈ ਨੂੰ ਵੇਖ ਕੇ ਮੋਟੀਵੇਟ ਹੋਏ ਹੋ, ਕਹਿੰਦਾ ਯਾਰ ਬਾਈ ਆਪਾਂ ਦਲਜੀਤ ਬਾਈ ਤੁਹਾਨੂੰ ਪਤਾ ਹੀ ਹੈ ਦਲਜੀਤ ਬਾਈ ਨੂੰ ਵੇਖ ਕੇ, ਤਾਂ ਬਹੁਤ ਓਨਸਟ ਨੇ ਬਾਈ, ਹੈ ਨਾ। ਹਾਂ ਓਨੈਸਟੀ ਤਾਂ ਹੈ ਅੰਦਰ, ਬਿਲਕੁਲ ਹੈ, ਇਹ ਤਾਂ ਨਹੀਂ ਕਹਿ ਸਕਦੇ ਆਪਾਂ ਕਿ ਇਹ ਬੰਦਾ ਓਨੈਸਟ ਨਹੀਂ ਆ ਯਾਰ, ਇੱਥੇ ਟਰੱਸਟ ਨਹੀਂ ਕੀਤਾ ਜਾ ਸਕਦਾ। ਮੈਂ ਉਹੀ ਕਹਿ ਰਹੀ ਕਿ ਇਹਦੇ ਤੋਂ ਬਾਅਦ ਮੈਂ ਜੋਤ ਦੇ ਨੇੜੇ, ਹੈ ਨਾ, ਪਹਿਲਾਂ ਮੇਰਾ ਇਹਦੇ ਨਾਲ ਬਹੁਤ ਵਧੀਆ ਬਣਨਾ ਹੈ, ਐਂਡ ਟੱਚ ਵੁੱਡ ਐਵੇਂ ਹੀ ਰਹੇ, ਹੈ ਨਾ। ਰਾਈਟ, ਸੋ ਬਾਈ ਮੈਨੂੰ ਲੱਗਦਾ ਕਿ ਜਿਹੜੀ ਇਮਾਨਦਾਰੀ ਹੁੰਦੀ ਆ, ਹਾਂਜੀ ਬਾਈ, ਉਹ ਫਿਰ ਬਹੁਤ ਉੱਪਰ ਤੱਕ ਲੈ ਕੇ ਜਾਂਦੀ ਆ, ਹੈ ਨਾ। ਸੋ ਇਹ ਮਾਪਿਆਂ ਤੋਂ ਮਿਲੀ ਆ ਤੁਹਾਨੂੰ ਬਾਈ? ਸਾਰਾ ਕੁਛ ਹੀ ਮਾਪਿਆਂ ਤੋਂ ਮਿਲਦਾ ਯਾਰ ਬਾਈ, ਬੇਸ਼ੱਕ ਬੇਸ਼ੱਕ, ਹੈ ਨਾ। ਅਤੇ ਇਮਾਨਦਾਰੀ ਦੀ ਗੱਲ ਐਂ ਯਾਰ ਵੀਰੇ, ਜਿਹੜੀ ਚੀਜ਼ ਹੈਗੀ ਆ ਤਾਂ ਦੱਸੋ, ਐਵੇਂ ਕਿਉਂ ਭੁਲੇਖੇ ਜਿਹਾ ਰੱਖਣਾ ਦੂਜੇ ਨੂੰ ਯਾਰ, ਹੈਂ, ਉਹ ਗੱਲ ਉਈ ਆਪਣੇ ਤੋਂ ਆਸਾਈਆਂ ਲਾ ਲੈਂਦਾ ਫਿਰ ਬਈ ਤੂੰ ਤਾਂ ਆਇਆ, ਹੈ ਨਾ, ਵੀ ਜਿਹੜੀ ਚੀਜ਼ ਹੈ ਹੀ ਨਹੀਂ ਫਿਰ, ਹੈ ਨਾ, ਵੀ ਜਿਹੜੀ ਚੀਜ਼ ਹੈਗੀ ਆ ਬਈ, ਹੈ ਨਾ। ਹੁਣ ਆਪਾਂ ਮੈਂ ਤੂੰ ਤੇਰੇ ਦਲਜੀਤ ਨਾਲ ਕੰਮ ਕਰਿਆ, ਮੈਂ ਤੂੰ ਤੈਨੂੰ ਤੂੰ ਐਂ ਕਰੀ, ਤੂੰ ਤੇ ਕਹਿੰਦਾ ਕਿ ਮੈਂ ਜਦੋਂ ਤੂੰ ਲਵੇ ਬੈਠਾ ਹੋਏਗਾ ਨਾ ਮੈਂ ਦਲਜੀਤ ਦੇ, ਮੈਂ ਕੱਲੀ ਵੀਡੀਓ ਕਾਲ ਲਾ ਲਈ, ਹਾਂ, ਮੈਂ ਬਸ ਕੱਲ੍ਹ ਉਹਨੂੰ ਦੇਖਣਾ, ਮੈਂ ਬੋਲਣਾ ਵੀ ਨਹੀਂ, ਮੈਂ ਕੁਛ ਐਂ ਵੀ ਨਹੀਂ ਕਹਿਣਾ ਵੀ ਤੂੰ ਮੇਰੀ ਗੱਲ ਕਰਾਈ, ਅਤੇ ਤੂੰ ਤਾਂ ਬੋਲਦਾ ਕਹਿੰਦਾ ਹਾਂ, ਮੈਂ ਕਹਿੰਦਾ ਉਹਨੂੰ ਐਂ ਕਹੂੰਗਾ ਵੀ ਬਾਈ ਤੇਰਾ ਇੱਕ ਬੰਦਾ ਇੰਨਾ ਫੈਨ ਉਹਦਾ ਚਿਰਾਗ ਲਾਉਂਦਾ ਘਰੇ, ਤੂੰ ਕਹੀ ਨਹੀਂ ਚੱਲ, ਅਤੇ ਉਹਨੇ ਪੱਟੂਦੇ ਪਤਾ ਗੱਲ ਕਰੀ ਨਹੀਂ, ਪਤਾ ਨਹੀਂ ਇੱਕ ਦਿਨ ਵੀਡੀਓ ਕਾਲ ਲਾਈ, ਮੈਂ ਕੋਈ ਕੰਮ ਜੇ ਚੁੱਲ ਜਾ ਹੋਇਆ ਸੀਗਾ, ਅਤੇ ਮੈਂ ਬਾਅਦ 'ਚ ਇੰਨਾ ਪਛਤਾਇਆ ਯਾਰ, ਮੈਂ ਕਿਹਾ ਭਾਵੇਂ ਕਿਉਂ ਨਹੀਂ ਲਾਈ ਯਾਰ। ਬਾਈ ਜੋ ਜਿਵੇਂ ਦਾ ਤੁਹਾਡਾ ਕੰਮ ਆ ਨਾ,
ਮੈਨੂੰ ਇਹ ਬਹੁਤ ਯਕੀਨ ਹੈ ਕਿ ਤੁਸੀਂ ਇੱਕ ਦਿਨ ਦਿਲਜੀਤ ਬਾਈ ਨਾਲ ਫਿਲਮ ਜ਼ਰੂਰ ਕਰੋਗੇ। ਭਈਆ ਹੀ ਆਪਣਾ ਦਾ ਦਲਜੀਤ ਸਰ ਨੂੰ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਦੇਖਿਓ ਪ੍ਰੋਪਰ, ਭਾਵੇਂ ਬਸ ਬਾਕੀ ਸਕਿੱਪ ਕਰ ਦਿਓ ਪਰ ਆ ਜ਼ਰੂਰ ਦੇਖ ਲਿਓ। ਸੋ ਬਈ ਹੁਣ ਰੋਡੇ ਕਾਲਜ ਮੈਂ ਚਾਹੁੰਦਾ ਕਿ ਮਤਲਬ ਨਾ ਸੁਪਰ ਡੁਪਰ ਹਿੱਟ ਹੋਵੇ, ਔਰ ਦੁਆ ਵੀ ਕਰਦਾ ਹਾਂ ਨਾ, ਮੈਂ ਬਹੁਤ ਹੈਪੀ ਹਾਂ ਤੁਹਾਡੇ ਲਈ। ਮੈਂ ਰਾਜਵੀਰ ਨੂੰ ਮਿਲਿਆ ਸੀਗਾ ਟ੍ਰੇਲਰ ਲਾਂਚ 'ਤੇ, ਉਦੋਂ ਵੀ ਮੈਂ ਸ਼ੇਅਰ ਕੀਤੀ ਸੀ ਆਪਣੀ ਹੈ ਨਾ ਦਿਲ ਦੀ ਗੱਲ। ਸੋ ਹੁਣ ਰੋਡੇ ਕਾਲਜ ਲਈ ਤੁਸੀਂ ਅਪੀਲ ਕਰ ਦਿਓ ਔਡੀਅੰਸ ਨੂੰ ਜਾਂਦੇ ਜਾਂਦੇ। ਕਰੋ ਜੀ, ਕੁੜੀਆਂ ਦੇ ਸਾਰੇ ਸੁਣਦੇ ਨੇ। ਦੇਖੋ ਜੀ, ਆਪਾਂ ਫਿਲਹਾਲ ਰਿਕੁਐਸਟ ਹੀ ਕਰ ਸਕਦੇ ਹਾਂ ਨਾ ਤੁਹਾਡੇ ਸਾਰਿਆਂ ਨੂੰ ਕਿ ਸਾਨੂੰ ਜੋ ਮੌਕਾ ਮਿਲਿਆ ਹੈਪੀ ਰੋਡੇ ਸਰ ਨੇ ਸਾਨੂੰ ਜੋ ਮੌਕਾ ਦਿੱਤਾ, ਸਾਨੂੰ ਤੁਸੀਂ ਵੀ ਇੱਕ ਮੌਕਾ ਦਿਓ ਆਪਣੇ ਜੋ ਕਲਾ ਉਹਨੂੰ ਤੁਹਾਡੇ ਅੱਗੇ ਦਿਖਾਉਣ ਦਾ, ਅਤੇ 7 ਜੂਨ ਨੂੰ ਸਾਰੇ ਜਣੇ ਆਪਣੇ ਨਜ਼ਦੀਕੀ ਦੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਜਾਓ ਅਤੇ ਆਪਣੇ ਰਿਵਿਊਜ਼ ਜ਼ਰੂਰ ਦਿਓ, ਚਾਹੇ ਚੰਗੇ ਚਾਹੇ ਮਾੜੇ। ਮਾੜੇ ਹੋਣਗੇ ਤਾਂ ਅਸੀਂ ਅੱਗੇ ਵਾਸਤੇ ਉਸ ਚੀਜ਼ ਨੂੰ ਹੈ ਨਾ ਵਧੀਆ ਕਰ ਸਕਦੇ ਹਾਂ, ਅਤੇ ਰਿਵਿਊਜ਼ ਜ਼ਰੂਰ ਦੇਣਾ ਜੀ ਬਾਈ। ਹਾਂ ਜੀ, ਬਸ ਬਾਈ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਜਿੱਦਾਂ ਤੁਸੀਂ ਯਾਰ ਚੱਲੇ ਬਾਹਰ ਨੂੰ ਪਿਆਰ ਦਿੱਤਾ ਬਾਈ, 7 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਰੋਡੇ ਕਾਲਜ ਨੂੰ ਵੀ ਤੁਸੀਂ ਓਨਾ ਹੀ ਪਿਆਰ ਦੇਣਾ। ਬਾਕੀ ਬਾਈ ਦੇਖੋ, ਪਹਿਲੀ ਵਾਰ ਅਸੀਂ ਵੱਡੇ ਪਰਦੇ ਤੋਂ ਆ ਰਹੇ ਹਾਂ ਨਾ, ਸੋ ਬਾਈ ਜ਼ਰੂਰ ਦੇਖਣ ਜਾਇਓ ਯਾਰ, ਬਸ ਸਾਡੇ ਤਾਂ ਹੀ ਰਾਈਟ। ਸੋ ਬਾਈ ਇੱਕ ਨਾ ਤੁਸੀਂ ਪ੍ਰੋਮਿਸ ਕਰੋ ਅੱਜ ਕੈਮਰੇ ਸਾਹਮਣੇ, ਜਦੋਂ ਤੁਸੀਂ ਬਾਲੀਵੁੱਡ ਦੇ ਵਿੱਚ ਜਾ ਕੇ ਸਾਡੇ ਪੰਜਾਬ ਨੂੰ ਰੀਪ੍ਰੈਜ਼ੈਂਟ ਕਰੋਗੇ ਨਾ, ਤਾਂ ਉਦੋਂ ਸਾਡਾ ਫੋਨ ਮਤਲਬ ਚੱਕਣਾ ਤੁਸੀਂ, ਤੇ ਇੰਟਰਵਿਊ ਨਾਲ ਹੀ ਰੱਖ ਲਿਆ ਕਰੂੰ ਯਾਰ, ਯਾਰ ਇੰਟਰਵਿਊ ਉਦੋਂ ਵੀ ਦੇਣੀ ਆ ਬਾਈ, ਠੀਕ ਹੈ ਨਾ? ਪੱਕਾ ਪੱਕਾ, ਚਲੋ ਥੈਂਕ ਯੂ, ਪੰਜਾਬੀ ਨੂੰ ਫੇਮਸ ਕਰ ਦਾਂਗੇ। ਕੀ ਬਾਤ ਹੈ, ਥੈਂਕ ਯੂ ਸੋ ਮਚ ਬਾਈ, ਥੈਂਕ ਯੂ, ਬਹੁਤ ਚੰਗਾ ਲੱਗਿਆ, ਥੈਂਕ ਯੂ।